ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਗਰੀਬ ਲੋਕਾਂ ਦੇ ਲਈ ਦਾਨੀ ਸੱਜਣ ਆਪਣੀ ਸ਼ਰਧਾ ਦੇ ਅਨੁਸਾਰ ਸੇਵਾ ਕਰ ਰਹੇ ਨੇ, ਲੰਗਰ ਦੀ ਸੇਵਾ, ਦਵਾਈਆਂ ਦੀ ਸੇਵਾ, ਮਾਸਕ, ਸੈਨੀਟਾਈਜ਼ਰ ਆਦਿ, ਉੱਥੇ ਹੀ ਬਠਿੰਡਾ 'ਚ ਰਹਿਣ ਵਾਲੇ ਇੱਕ ਕਿੰਨਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣਾ 2 ਗਜ਼ ਦਾ ਮਕਾਨ ਗਰੀਬ ਲੋਕਾਂ ਦੇ ਲਈ ਦਾਨ ਕੀਤਾ ਹੈ, ਜਿਸ 'ਚੋਂ ਚਾਹੁੰਦੇ ਹਨ ਕਿ ਹਸਪਤਾਲ ਜਾਂ ਕੋਈ ਡਿਸਪੈਂਸਰੀ ਖੋਲ੍ਹੇ ਜਿਸ ਨਾਲ ਗਰੀਬ ਲੋਕਾਂ ਦਾ ਕੁਝ ਭਲਾ ਹੋ ਸਕੇ। ਕਿੰਨਰ ਸਲਮਾ ਨੇ ਦੱਸਿਆ ਕਿ ਉਹ ਬਠਿੰਡਾ ਦੇ ਚੰਨਸਰ ਬਸਤੀ 'ਚ ਰਹਿੰਦਾ ਹੈ, ਵਧਾਈਆਂ ਮੰਗ ਕੇ ਗੁਜ਼ਾਰਾ ਕਰਦਾ ਹੈ। ਉੱਥੇ ਹੀ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਫੈਲੀ ਹੋਈ ਹੈ, ਹਰ ਕੋਈ ਦਾਨ ਦੇ ਰਿਹਾ ਹੈ ਅਤੇ ਉਸਨੇ ਵੀ ਮਨ ਬਣਾਇਆ ਕਿ ਉਹ ਵੀ ਦਾਨ ਕਰੇਗਾ ਅਤੇ ਆਪਣਾ 200 ਗਜ਼ ਦਾ ਮਕਾਨ ਉਸਨੇ ਦਾਨ ਵਿੱਚ ਦੇ ਦਿੱਤਾ ਹੈ। ਮੈਂ ਕਿੰਨਰ ਹਾਂ, ਸਲਮਾ ਮੇਰਾ ਨਾਮ ਹੈ। ਜੋ ਮਹੰਤ ਕਹਿ ਦਿੰਦੇ ਆ, ਸਾਨੂੰ ਖੁਸਰੇ ਕਹਿੰਦੇ ਆ, ਹੀ ਜਿਹੜੇ ਕਹਿ ਦਿੰਦੇ ਆ, ਖੁਸ਼ੀ ਮੰਗਦੇ ਆ, ਖੁਸ਼ੀ ਮੰਗਣੀਆਂ, ਖੁਸ਼ੀਆਂ ਦੇ ਵਣਜਾਰੀਆਂ, ਤੁਹਾਡੇ ਘਰਾਂ ਦੇ ਵਿੱਚ ਖੁਸ਼ੀ ਹੋਊ, ਅਸੀਂ ਜਾਣੇ ਹਾਂ। ਅੱਜ ਖੁਦਾ ਦਾ ਕਹਿਰ ਟੁੱਟ ਗਿਆ, ਕੋਰੋਨਾ ਵਾਇਰਸ ਦੀ ਬਿਮਾਰੀ ਆ ਕਹਿਰ ਹੈ। ਦੁਨੀਆ ਦੇ ਉੱਤੇ ਕਿੰਨਾ ਹਾਲਾਤ ਖਰਾਬ ਹੋ ਗਿਆ, ਰੋਟੀ ਦਾ ਬਹੁਤ ਜ਼ਿਆਦਾ, ਰੋਟੀ ਮਿਲ ਜਾਵੇ। ਅਸੀਂ ਇਸ ਨਗਰ ਵਿੱਚ ਰਹਿੰਦੇ, ਚੰਨਸਰ ਨਗਰ, ਬਠਿੰਡਾ, ਬੀਬੀ ਵਾਲਾ ਰੋਡ। ਅਸੀਂ ਵਧਾਈਆਂ ਲਿਆਉਂਦੇ ਹਾਂ, ਅੱਜ ਮੈਂ ਕਿਸੇ ਦੇ ਘਰ ਵਧਾਈ ਲੈਣ ਜਾਵਾਂ, ਮੈਨੂੰ ਕੌਣ ਦੇਊਗਾ? ਸਭ ਦੇ ਬੂਹੇ ਬੰਦ ਪੈ ਗਏ ਆ, ਸਭ ਦੇ ਘਰਾਂ ਦੇ ਵਿੱਚ ਹਨੇਰ ਆ ਗਿਆ। ਕਿਉਂ ਕਿ ਇਹ ਜਿਹੜਾ ਕਹਿੰਦੇ ਕੋਰੋਨਾ ਵਾਇਰਸ ਕੀ ਬਿਮਾਰੀ ਆ, ਕੀ ਨਹੀਂ, ਅਸੀਂ ਅਨਪੜ੍ਹ ਲੋਕ ਆ, ਫਕੀਰ ਤੁਹਾਡੇ ਖੁਸ਼ੀਆਂ ਦੇ ਆ, ਇਹ ਬਿਮਾਰੀ ਆ ਗਈ, ਦੇਸਾਂ ਵਿਦੇਸਾਂ ਵਿੱਚ ਕਹਿਰ ਹੋ ਗਿਆ, ਸਾਡੀਆਂ ਢੋਲਕਾਂ ਵੀ ਬੰਦ ਹੋ ਗਈਆਂ, ਸਾਡੇ ਬੂਹੇ ਬੰਦ ਹੋ ਗਏ, ਕਿਹਦੇ ਘਰੇ ਜਾਊਂ? ਤਾਂ ਮੈਨੂੰ ਆਟਾ ਦਿਓ, ਮੈਨੂੰ ਕੋਈ ਆਟਾ ਵੀ ਨਹੀਂ ਦੇਵੇਗਾ ਇਸ ਟਾਈਮ ਮੇਰੇ ਕੋਲ, ਕੋਈ ਹੋਰ ਵਿਚਾਰਾ, ਕੋਈ ਮੇਰੇ ਕੋਲ ਪੈਸਾ ਨਹੀਂ, ਮੈਂ ਇੱਕ ਗਰੀਬ ਘਰ ਦਾ ਬੱਚਾ ਹਾਂ, ਮਿਸਤਰੀ ਲੁਹਾਰ ਜਿਹੜੇ ਹੁੰਦੇ ਆ ਅਸੀਂ, ਉਹ ਮੇਰੇ ਕੋਲ ਮੇਰੇ ਬਜ਼ੁਰਗਾਂ ਦੀ ਇੱਕ ਮਕਾਨ ਹੈ, ਜਿਹਦੇ ਵਿੱਚੋਂ ਮੇਰਾ ਗੁਰੂ ਪ੍ਰਕਾਸ਼ ਮਹੰਤ, ਉਹਦਾ ਚੇਲਾ ਨਾਲ ਲਾਜਵੰਤੀ ਮਾਜ ਦੇ 2 ਚੇਲੇ, ਇੱਕ ਮਲਕਾ ਮਹੰਤ ਛੋਟਾ, ਪ੍ਰਕਾਸ਼ ਮਹੰਤ ਵੱਡਾ। ਪ੍ਰਕਾਸ਼ ਮੇਰਾ ਗੁਰੂ ਸੀ, ਉਹ ਕਾਲਿਆਂ ਵਾਲੀ ਮੰਡੀ ਰਹਿੰਦੀ ਸੀ ਹਰਿਆਣਾ ਵਿੱਚ, ਸਾਡੇ ਪਿੰਡਾਂ ਦਾ ਹਿਸਾਬ ਹੁੰਦਾ ਹੈ ਜੀ। ਉਸ ਤੋਂ ਮਗਰੋਂ ਮੇਰੇ ਗੁਰੂ ਵੀ ਚੱਲ ਗਿਆ, ਜਿਹੜਾ ਮੇਰੇ ਦਾਦ ਗੁਰ ਦਾ ਹਿੱਸਾ ਮੇਰੇ ਗੁਰੂ ਨੂੰ ਆਉਂਦਾ ਸੀ। ਮਲਕਾਂ ਦੇ ਚੇਲਾ ਬਹੁਤ ਵੀ ਮਹੰਤ, ਇਹਨਾਂ ਦੇ ਨਾਲ ਰੋੜੀ ਕਾਲਿਆਂ ਵਾਲੀ ਵਾਸੀ ਬਹੁਤ ਵੀ ਮਹੰਤ, ਉਹਦਾ ਨਾਂ, ਉਹ ਵੀ ਮੇਰੇ ਗੁਰੂ ਦਾ ਚੇਲਾ ਪ੍ਰਕਾਸ਼ ਦਾ, ਸਾਡਾ ਬਟਵਾਰਾ ਹੋ ਗਿਆ। ਕਾਲਿਆਂ ਵਾਲੀ ਵਾਲਾ ਇੱਕ ਮਕਾਨ ਬੋਬੇ ਮਹੰਤ ਨੂੰ ਦੇ ਦਿੱਤਾ, ਪ੍ਰਕਾਸ਼ ਗੁਰੂ ਵਾਲਾ। ਜੋ ਇੱਥੋਂ ਵਾਲਾ ਹਿੱਸਾ ਆਇਆ ਸੀ ਮੇਰੇ ਦਾਦ ਗੁਰੂ ਲਾਜਵੰਤੀ ਵਾਲਾ, ਉਹ ਮੈਨੂੰ ਦੇ ਦਿੱਤਾ। ਮੈਥੋਂ ਇੱਥੋਂ ਕ ਨਹੀਂ ਸਿਆ ਗਿਆ, ਮੇਰੇ ਕੋਲ ਕੁਛ ਹੈ ਨਹੀਂ, ਮੈਨੂੰ ਗਰੀਬ ਸਤਾਉਂਦੇ, ਕਹਿੰਦੇ ਸਾਡੇ ਹੈ ਨਹੀਂ, ਸਾਡੇ ਘਰ ਨਹੀਂ ਆਉਂਦੇ, ਤੁਸੀਂ ਆਹ ਕੁਛ ਲੈਂਦੇ, ਇੱਛਾ ਕਰਦੇ ਸੀ, ਇਹ ਰੋਟੀ ਖਾਂਦੇ, ਮੇਰੇ ਕੋਲ ਕੁਛ ਨਹੀਂ ਹੈ। ਜੋ ਕੁਛ ਮਕਾਨ ਸੀ ਮੈਂ ਕਹੇ ਗਰੀਬਾਂ ਨੂੰ ਇਹ ਵਖਤ ਦੇ ਵਿੱਚ ਦਿੱਤਾ ਜਾਵੇ, ਇਹਦਾ ਜੋ ਵੀ ਇਹਨਾਂ ਨੂੰ ਰੋਟੀ ਪਾਣੀ ਰਾਸ਼ਨ ਹੈ, ਕੋਈ ਡਿਸਪੈਂਸਰੀ ਬਣ ਜਾਵੇ ਗਰੀਬਾਂ ਵਾਸਤੇ, ਮੇਰੀ ਆਹ ਅਪੀਲ ਹੈ, ਮੈਨੂੰ ਇੱਕ ਵਖਤ ਰੋਟੀ ਜ਼ਰੂਰ, ਇੱਕ ਰੋਟੀ ਮਿਲ ਜਾਵੇ ਪਾਣੀ ਦੇ ਨਾਲ। ਮੈਂ ਰੱਬ ਦਾ ਸ਼ੁਕਰ ਸ਼ੁਕਰ ਬਹੁਤ ਜ਼ਿਆਦਾ, ਕੋਰੋਨਾ ਦਾ ਕਹਿਰ ਟੁੱਟ ਗਿਆ ਦੁਨੀਆ ਦੇ ਉੱਤੇ, ਸਾਡੀਆਂ ਖੁਸ਼ੀਆਂ ਕਿੱਥੇ ਗਈਆਂ, ਅਸੀਂ ਕਿਹਦਾ ਖੁਸ਼ੀ ਮੰਗਾਂਗੇ? ਆਪਣੇ SSP ਜੀ ਉਹਨਾਂ ਨਾਲ ਹੁਣ ਗੱਲਬਾਤ ਹੋਏਗੀ, ਦਿੱਤਾ ਇਹ ਉਹਨਾਂ ਨੇ ਜ਼ਰੂਰ ਦਿੱਤੇ ਦਾ ਦੇ ਦੀਆ, ਜੋ ਦੇ ਦਿੱਤਾ ਉਹ ਦੇ ਦਿੱਤਾ ਗਰੀਬਾਂ ਵਾਸਤੇ, ਵੀ ਇਹਨਾਂ ਨੂੰ ਰੋਟੀ ਮਿਲੇ, ਇਹਨਾਂ ਨੂੰ ਸਹੂਲਤ ਹੋ ਜਾਵੇ, ਕੋਈ ਦਵਾਈ ਦੀ, ਕੋਈ ਬਿਮਾਰ ਆ, ਬਿਮਾਰ ਗਰੀਬ ਦੇ ਘਰ ਪੈਸਾ ਨਹੀਂ ਹੈ, ਉਹਨਾਂ ਵਾਸਤੇ ਕੋਈ ਡਿਸਪੈਂਸਰੀ, ਕੋਈ ਹਸਪਤਾਲ ਬਣਾਇਆ ਜਾਵੇ। ਮੇਰੀ ਇੰਨੀ ਬੇਨਤੀ, ਦਾਣਾ ਮੰਡੀ, ਅਨਾਜ ਮੰਡੀ, ਹਾਜੀ ਰਤਨ ਰੋਡ, ਕੁਰਤਾਰ ਬਸਤੀ, ਗੁਰੂ ਨਾਨਕਪੁਰਾ ਮਹੱਲਾ, ਗਲੀ ਨੰਬਰ 1, 200 ਹੀ ਦਿੱਤੀ, ਬਸ 400 ਨੇ ਮੇਰੇ ਕੋਲ, ਜਿੰਨੀ ਹੈਗੀ ਮੈਂ ਦੇ ਦਿੱਤੀ ਆ। ਇਹ ਕਰੋਨਾ ਦਾ ਕਹਿਰ ਟੁੱਟਿਆ ਹੈ ਅਤੇ ਮੈਂ ਇਹਨਾਂ ਦੇ ਨਾਲ ਆ, ਜੋ ਪ੍ਰਸ਼ਾਸਨ ਹੈ ਜਾਂ ਜੋ ਵੀ ਸਾਡੇ ਵੱਡੇ ਬੰਦੇ ਇੱਥੋਂ ਦੇ, ਅਸੀਂ ਅਨਪੜ੍ਹ ਲੋਕ ਆ, ਉਦੋਂ ਅਫਸਰ ਹੀ ਕਹਿੰਦੇ ਹਾਂ, ਸਾਡੇ ਅਫਸਰ ਲੋਕ ਦਾਤੇ ਜਜਮਾਨ ਹੈ, ਰੋਟੀ ਦਿੰਦੇ ਸਾਨੂੰ, ਅੱਜ ਉਹਨਾਂ ਦੇ ਬੱਚਿਆਂ ਦੀ ਕਮਾਈ ਦਾ ਮਕਾਨ ਹੈ, ਸਾਡੇ ਮਾਂ ਪਿਓ ਨੇ ਨਹੀਂ ਦਿੱਤਾ, ਸਾਡੇ ਭੈਣ ਭਰਾਵਾਂ ਨੇ ਨਹੀਂ। Thank you.
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।